ਪਟਿਆਲਾ ਦੇ ਸੂਲਰਮੈਨ ਰੋਡ 'ਤੇ ਕੱਲ੍ਹ ਰਾਤ ਇੱਕ ਭਿਆਨਕ ਹਾਦਸਾ ਹੁੰਦਾ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ। ਤੁਹਾਨੂੰ ਉਹ ਜਗ੍ਹਾ ਦਿਖਾ ਦਈਏ ਜਿੱਥੇ ਰਾਤ ਨੂੰ ਇਹ ਹਾਦਸਾ ਹੁੰਦਾ। ਇਹ ਸੜਕ ਦੇ ਕਿਨਾਰੇ ਉਹ ਰੇਲਿੰਗ ਲੱਗੀ ਹੋਈ ਹੈ ਜਿਹੜੀ ਇੰਨੀ ਮਜ਼ਬੂਤ ਹੁੰਦੀ ਹੈ ਕਿ ਕਿਸੇ ਵੀ ਗੱਡੀ ਨੂੰ ਕਿਸੇ ਪਾਸੇ ਡਿੱਗਣ ਤੋਂ ਰੋਕਣ ਦੇ ਲਈ ਕੰਮ ਕਰਦੀ ਹੈ। ਪਰ ਇਸ ਰੇਲਿੰਗ ਦੀ ਹਾਲਤ ਉਸ ਕਾਰ ਦੀ ਵਜ੍ਹਾ ਨਾਲ ਇੰਨੀ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਹੈ ਕਿ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰੇਲਿੰਗ ਨੂੰ ਤੋੜ ਕੇ ਕਾਰ ਦੀ ਕੀ ਹਾਲਤ ਹੋਏਗੀ। ਉਸ ਤੋਂ ਅੱਗੇ ਇਹ ਟਰਾਂਸਫਾਰਮਰ ਹੈ, ਟਰਾਂਸਫਾਰਮਰ ਦੇ ਖੰਭਿਆਂ ਨੂੰ ਕਾਰ ਦੇ ਵੱਲੋਂ ਤੋੜ ਦਿੱਤਾ ਜਾਂਦਾ, ਯਾਨੀ ਕਿ ਪਿੱਛੋਂ ਜਦੋਂ ਕਾਰ ਆਉਂਦੀ ਹੈ ਤਾਂ ਉਹ ਕਾਰ ਇਸ ਰੇਲਿੰਗ ਦੇ ਨਾਲ ਟਕਰਾਉਂਦੀ ਹੈ ਅਤੇ ਰੇਲਿੰਗ ਨੂੰ ਤੋੜਦੀ ਹੋਈ, ਕਿਉਂਕਿ ਜਿਹੜਾ ਟਰਾਂਸਫਾਰਮਰ ਹੈ ਉਹਦਾ ਜਿਹੜਾ ਖੰਭਾ ਹੈ ਉਹਨੂੰ ਤੋੜਦੀ ਹੈ ਅਤੇ ਉਸ ਤੋਂ ਬਾਅਦ ਇਸ ਪੂਰੀ ਇੰਨੀ ਮਜ਼ਬੂਤ ਰੇਲਿੰਗ ਨੂੰ ਤੋੜਦੀ ਹੋਈ ਸਿੱਧੀ ਜਾਂਦੀ ਹੈ, ਅੱਗੇ ਜਾਂਦੀ ਹੈ, ਅੱਗੇ ਜਿਹੜੇ ਦਰਖਤ ਨੇ ਉਹਨਾਂ ਨੂੰ ਤੋੜਦੀ ਹੈ ਅਤੇ ਉਸ ਤੋਂ ਬਾਅਦ ਜਾ ਕੇ ਕਾਰ ਉਸ ਜਗ੍ਹਾ ਦੇ ਉੱਪਰ ਪਲਟ ਜਾਂਦੀ ਹੈ ਅਤੇ ਉੱਥੇ ਉਸ ਜਿਹੜਾ ਨੌਜਵਾਨ ਸੀ ਕਾਰ ਦੇ ਵਿੱਚ ਸਵਾਰ ਸੀ ਉਹਦੀ ਮੌਤ ਹੋ ਜਾਂਦੀ ਹੈ। ਜਿਹੜੇ ਕੁਝ ਲੋਕ ਇੱਥੇ ਕੰਮਕਾਰ ਕਰਦੇ ਨੇ ਰਾਤ ਉਹ ਇੱਥੇ ਮੌਜੂਦ ਸੀ, ਉਹਨਾਂ ਨੂੰ ਹਾਦਸੇ ਦਾ ਪਤਾ ਲੱਗਾ, ਉਹਨਾਂ ਨੂੰ ਪੁੱਛ ਲੈਂਦੇ ਹਾਂ ਸਰ ਕੀ ਨਾਮ ਹੈ ਤੁਹਾਡਾ? ਪਿੰਟੂ ਕੁਮਾਰ ਨਾਮ ਹੈ ਜੀ ਸਰ। ਪਿੰਟੂ ਜੀ, ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਹਾਦਸੇ ਦਾ? ਰਾਤ ਨੂੰ ਪਤਾ ਲੱਗਿਆ 9 ਵਜੇ ਜੀ, ਕਹਿੰਦਾ ਉੱਥੇ ਐਕਸੀਡੈਂਟ ਹੋਇਆ ਜੀ, ਤੋ ਸਾਡੇ ਕੋਲ ਕੋਈ ਬੰਦੇ ਆ ਕੇ ਤੁਹਾਡਾ ਬੰਦੇ ਤਾਂ ਨਹੀਂ ਜਾ ਕੇ ਦੇਖ ਲਓ ਜੀ, ਤੋ ਉੱਥੋਂ 2-3 ਮੋਟਰਸਾਈਕਲ ਲੈ ਕੇ ਆਇਆ, ਕਹਿੰਦਾ ਉੱਥੇ ਬੰਦਾ ਕੋਈ ਨਹੀਂ ਹੈਗਾ, ਗੱਡੀ ਹੈਗਾ ਜੀ, ਉੱਥੇ ਐਕਸੀਡੈਂਟ ਟਰਾਂਸਫਾਰਮਰ ਨਾਲ ਟਕਰਾਇਆ ਹੈਗਾ ਜੀ। ਉਹਦੇ ਬਾਅਦ ਮੈਨੂੰ ਫੋਨ ਕਿਹਾ ਜੀ ਬੰਦਾ ਆਪਣਾ ਨਹੀਂ ਹੈਗਾ ਕੋਈ, ਪਰ ਐਕਸੀਡੈਂਟ ਹੋਇਆ ਜੀ, ਹਸਪਤਾਲ ਲੈ ਗਿਆ ਉਹਦੇ 'ਤੇ ਚੱਕਿਆ ਜੀ। ਐਸੋ ਇਹ ਜਿਹੜੇ ਦੁਕਾਨਦਾਰ ਨੇ ਇੱਥੇ ਨੇੜੀ ਦੁਕਾਨ ਕਰਦੇ ਨੇ, ਕਹਿੰਦੇ ਮੈਨੂੰ ਪਤਾ ਲੱਗਿਆ ਸੀ, ਲੋਕਾਂ ਨੇ ਕਿਹਾ ਕਿ ਕਾਰ ਦਾ ਐਕਸੀਡੈਂਟ ਹੋ ਗਿਆ, ਪਰ ਜਦੋਂ ਨੂੰ ਇੱਥੇ ਆਏ ਤਾਂ ਜਿਹੜਾ ਮ੍ਰਿਤਕ ਸੀ ਜਾਂ ਜ਼ਖਮੀ ਸੀ ਉਹਨਾਂ ਨੂੰ ਲੋਕ ਹਸਪਤਾਲ ਲੈ ਗਏ। ਤੁਹਾਨੂੰ ਇੱਕ ਵਾਰੀ ਫਿਰ ਉਸ ਜਗ੍ਹਾ ਦੇ ਹਾਲਾਤ ਦਿਖਾ ਦਈਏ ਕਿ ਜਿਹੜੇ ਲੋਹੇ ਦੇ ਖੰਭਿਆਂ ਦੇ ਉੱਪਰ ਇਹ ਰੇਲਿੰਗ ਫਿੱਟ ਕੀਤੀ ਹੁੰਦੀ ਹੈ ਉਹ ਖੰਭਾ ਵੀ ਇਸ ਕਾਰ ਦੇ ਵੱਲੋਂ ਪੱਟ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਇਹ ਸਾਰੀ ਰੇਲਿੰਗ ਨੂੰ ਤੋੜ ਕੇ ਕਾਰ ਇਸ ਦਰਖਤ 'ਚ ਵੱਜਦੀ ਹੈ ਅਤੇ ਉੱਥੇ ਜਾ ਕੇ ਪਲਟ ਜਾਂਦੀ ਹੈ ਅਤੇ ਉਸਦੇ ਵਿੱਚ ਇੱਕ ਨੌਜਵਾਨ ਮਨਿੰਦਰ ਸਿੰਘ ਜੀ ਦੀ ਉਮਰ 20-22 ਸਾਲ ਦੱਸੀ ਜਾ ਰਹੀ ਹੈ, ਉਹਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਹੁਣ ਇਸ ਹਾਦਸੇ ਦਾ ਕਾਰਨ ਕੀ ਹੈ ਇਹ ਤਾਂ ਬਾਅਦ 'ਚ ਪਤਾ ਲੱਗੇਗਾ, ਪਰ ਇਸ ਹਾਦਸੇ ਨੇ ਇੱਕ ਵਾਰੀ ਫਿਰ ਇਹ ਗੱਲ ਨੂੰ ਸਾਬਤ ਕਰ ਦਿੱਤਾ ਕਿ ਜਦੋਂ ਵੀ ਧੁੰਦ ਹੋਵੇ ਜਾਂ ਗੱਡੀ ਤੇਜ਼ ਹੋਵੇ ਤਾਂ ਸਾਨੂੰ ਉਸ ਤੋਂ ਬਚਣਾ ਚਾਹੀਦਾ, ਨਹੀਂ ਤਾਂ ਕੋਈ ਭਿਆਨਕ ਹਾਦਸਾ ਹੋ ਕੇ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਪਟਿਆਲਾ ਦੇ ਸੂਲਰਮੈਨ ਰੋਡ ਤੋਂ ਮਨੋਜ ਸ਼ਰਮਾ, News 18 ਪੰਜਾਬ। ਪਟਿਆਲਾ ਦੇ ਸੂਲਰਮੈਨ ਰੋਡ 'ਤੇ ਕੱਲ੍ਹ ਰਾਤ ਇੱਕ ਭਿਆਨਕ ਹਾਦਸਾ ਹੁੰਦਾ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ। ਤੁਹਾਨੂੰ ਉਹ ਜਗ੍ਹਾ ਦਿਖਾ ਦਈਏ ਜਿੱਥੇ ਰਾਤ ਨੂੰ ਇਹ ਹਾਦਸਾ ਹੁੰਦਾ। ਇਹ ਸੜਕ ਦੇ ਕਿਨਾਰੇ ਉਹ ਰੇਲਿੰਗ ਲੱਗੀ ਹੋਈ ਹੈ ਜਿਹੜੀ ਇੰਨੀ ਮਜ਼ਬੂਤ ਹੁੰਦੀ ਹੈ ਕਿ ਕਿਸੇ ਵੀ ਗੱਡੀ ਨੂੰ ਕਿਸੇ ਪਾਸੇ ਡਿੱਗਣ ਤੋਂ ਰੋਕਣ ਦੇ ਲਈ ਕੰਮ ਕਰਦੀ ਹੈ। ਪਰ ਇਸ ਰੇਲਿੰਗ ਦੀ ਹਾਲਤ ਉਸ ਕਾਰ ਦੀ ਵਜ੍ਹਾ ਨਾਲ ਇੰਨੀ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਹੈ ਕਿ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰੇਲਿੰਗ ਨੂੰ ਤੋੜ ਕੇ ਕਾਰ ਦੀ ਕੀ ਹਾਲਤ ਹੋਏਗੀ। ਉਸ ਤੋਂ ਅੱਗੇ ਇਹ ਟਰਾਂਸਫਾਰਮਰ ਹੈ, ਟਰਾਂਸਫਾਰਮਰ ਦੇ ਖੰਭਿਆਂ ਨੂੰ ਕਾਰ ਦੇ ਵੱਲੋਂ ਤੋੜ ਦਿੱਤਾ ਜਾਂਦਾ, ਯਾਨੀ ਕਿ ਪਿੱਛੋਂ ਜਦੋਂ ਕਾਰ ਆਉਂਦੀ ਹੈ ਤਾਂ ਉਹ ਕਾਰ ਇਸ ਰੇਲਿੰਗ ਦੇ ਨਾਲ ਟਕਰਾਉਂਦੀ ਹੈ ਅਤੇ ਰੇਲਿੰਗ ਨੂੰ ਤੋੜਦੀ ਹੋਈ, ਕਿਉਂਕਿ ਜਿਹੜਾ ਟਰਾਂਸਫਾਰਮਰ ਹੈ ਉਹਦਾ ਜਿਹੜਾ ਖੰਭਾ ਉਹਨੂੰ ਤੋੜਦੀ ਹੈ ਅਤੇ ਉਸ ਤੋਂ ਬਾਅਦ ਇਸ ਪੂਰੀ ਇੰਨੀ ਮਜ਼ਬੂਤ ਰੇਲਿੰਗ ਨੂੰ ਤੋੜਦੀ ਹੋਈ ਸਿੱਧੀ ਜਾਂਦੀ ਹੈ।
ਅੱਗੇ ਜਾਂਦੀ ਹੈ, ਅੱਗੇ ਜਿਹੜੇ ਦਰਖਤ ਨੇ ਉਹਨਾਂ ਨੂੰ ਤੋੜਦੀ ਹੈ ਅਤੇ ਉਸ ਤੋਂ ਬਾਅਦ ਜਾ ਕੇ ਕਾਰ ਉਸ ਜਗ੍ਹਾ ਦੇ ਉੱਪਰ ਪਲਟ ਜਾਂਦੀ ਹੈ ਅਤੇ ਉੱਥੇ ਉਸ ਜਿਹੜਾ ਨੌਜਵਾਨ ਸੀ ਕਾਰ ਦੇ ਵਿੱਚ ਸਵਾਰ ਸੀ ਉਹਦੀ ਮੌਤ ਹੋ ਜਾਂਦੀ ਹੈ। ਜਿਹੜੇ ਕੁਝ ਲੋਕ ਇੱਥੇ ਕੰਮਕਾਰ ਕਰਦੇ ਨੇ ਰਾਹ ਤੋਂ ਇੱਥੇ ਮੌਜੂਦ ਸੀ ਉਹਨਾਂ ਨੂੰ ਹਾਦਸੇ ਦਾ ਪਤਾ ਲੱਗਾ, ਉਹਨਾਂ ਨੂੰ ਪੁੱਛ ਦਿੰਦੇ ਹਾਂ ਸਰ ਕੀ ਨਾਮ ਹੈ ਤੁਹਾਡਾ? ਪਿੰਟੂ ਕੁਮਾਰ ਨਾਮ ਹੈ ਜੀ ਸਰ। ਪਿੰਟੂ ਜੀ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਹਾਦਸੇ ਦਾ? ਰਾਤ ਨੂੰ ਪਤਾ ਲੱਗਿਆ 9 ਵਜੇ ਜੀ, ਕਹਿੰਦਾ ਉੱਥੇ ਐਕਸੀਡੈਂਟ ਹੋਇਆ ਜੀ, ਤੋ ਸਾਡੇ ਕੋਲ ਕੋਈ ਬੰਦੇ ਆਏ ਕਿ ਤੁਹਾਡਾ ਬੰਦੇ ਤਾਂ ਨਹੀਂ, ਜਾ ਕੇ ਦੇਖ ਲਓ ਜੀ। ਉੱਥੋਂ 2-3 ਮੁੰਡੇ ਨੂੰ ਮੋਟਰਸਾਈਕਲ ਲੈ ਕੇ ਆਇਆ, ਕਹਿੰਦਾ ਉੱਥੇ ਬੰਦਾ ਕੋਈ ਨਹੀਂ ਹੈਗਾ, ਗੱਡੀ ਹੈਗਾ ਜੀ, ਉੱਥੇ ਐਕਸੀਡੈਂਟ ਟਰਾਂਸਫਾਰਮਰ ਨਾਲ ਟਕਰਾਇਆ ਹੈਗਾ ਜੀ। ਉਹਦੇ ਬਾਅਦ ਮੈਨੂੰ ਫੋਨ ਕਿਹਾ ਜੀ ਬੰਦਾ ਆਪਣਾ ਨਹੀਂ ਹੈਗਾ ਕੋਈ, ਪਰ ਐਕਸੀਡੈਂਟ ਹੋਇਆ ਜੀ, ਹਸਪਤਾਲ ਲੈ ਗਿਆ ਉਹਦੇ 'ਤੇ ਚੱਕਿਆ ਜੀ। ਐਸੋ ਇਹ ਜਿਹੜੇ ਦੁਕਾਨਦਾਰ ਨੇ ਇੱਥੇ ਨੇੜੀ ਦੁਕਾਨ ਕਰਦੇ ਨੇ, ਕਹਿੰਦੇ ਮੈਨੂੰ ਪਤਾ ਲੱਗਿਆ ਸੀ, ਲੋਕਾਂ ਨੇ ਕਿਹਾ ਕਿ ਕਾਰ ਦਾ ਐਕਸੀਡੈਂਟ ਹੋ ਗਿਆ, ਪਰ ਜਦੋਂ ਉਹ ਇੱਥੇ ਆਏ ਤਾਂ ਜਿਹੜਾ ਮ੍ਰਿਤਕ ਸੀ ਜਾਂ ਜ਼ਖਮੀ ਸੀ ਉਹਨਾਂ ਨੂੰ ਲੋਕ ਹਸਪਤਾਲ ਲੈ ਗਏ। ਤੁਹਾਨੂੰ ਇੱਕ ਵਾਰੀ ਫਿਰ ਉਸ ਜਗ੍ਹਾ ਦੇ ਹਾਲਾਤ ਦਿਖਾ ਦਈਏ ਕਿ ਜਿਹੜੇ ਲੋਹੇ ਦੇ ਖੰਭਿਆਂ ਦੇ ਉੱਪਰ ਇਹ ਰੇਲਿੰਗ ਫਿੱਟ ਕੀਤੀ ਹੁੰਦੀ ਹੈ ਉਹ ਖੰਭਾ ਵੀ ਇਸ ਕਾਰ ਦੇ ਵੱਲੋਂ ਪੱਟ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਇਹ ਸਾਰੀ ਰੇਲਿੰਗ ਨੂੰ ਤੋੜ ਕੇ ਕਾਰ ਇਸ ਦਰਖਤ 'ਚ ਵੱਜਦੀ ਹੈ ਅਤੇ ਉੱਥੇ ਜਾ ਕੇ ਪਲਟ ਜਾਂਦੀ ਹੈ ਅਤੇ ਉਸਦੇ ਵਿੱਚ ਇੱਕ ਨੌਜਵਾਨ ਮਨਿੰਦਰ ਸਿੰਘ ਜੀ ਦੀ ਉਮਰ 20-22 ਸਾਲ ਦੱਸੀ ਜਾ ਰਹੀ ਹੈ ਉਹਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਹੁਣ ਇਸ ਹਾਦਸੇ ਦਾ ਕਾਰਨ ਕੀ ਹੈ ਇਹ ਤਾਂ ਬਾਅਦ 'ਚ ਪਤਾ ਲੱਗੇਗਾ, ਪਰ ਇਸ ਹਾਦਸੇ ਨੇ ਇੱਕ ਵਾਰੀ ਫਿਰ ਇਹ ਗੱਲ ਨੂੰ ਸਾਬਿਤ ਕਰ ਦਿੱਤਾ ਕਿ ਜਦੋਂ ਵੀ ਧੁੰਦ ਹੋਵੇ ਜਾਂ ਗੱਡੀ ਤੇਜ਼ ਹੋਵੇ ਤਾਂ ਸਾਨੂੰ ਉਸ ਤੋਂ ਬਚਣਾ ਚਾਹੀਦਾ, ਨਹੀਂ ਤਾਂ ਕੋਈ ਭਿਆਨਕ ਹਾਦਸਾ ਹੋ ਕੇ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਪਟਿਆਲਾ ਦੇ ਸੂਲਰ ਮੈਨ ਰੋਡ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।